ਹਾਂਜੀ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਦੀ ਵੀਡੀਓ ਲੈ ਕੇ ਆਏ ਹਾਂ, 2 ਤਾਜ਼ੀਆਂ ਸੂਈਆਂ ਅਤੇ 4 ਗੱਭਣ ਗਾਵਾਂ। ਆ ਜਾਓ ਪੁੱਛਦੇ ਹਾਂ ਬਾਈ ਤੋਂ ਡਿਟੇਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਬੋਲ ਦਿਓ ਜੀ। ਨਾਨਕ ਬਾਦ ਪਿੰਡ ਨੈਨੇਵਾਲ ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਬੋਲ ਦਿਓ। 71107-37-1। ਨੇੜੇ ਕਿਹੜਾ ਪਿੰਡ ਰਹਿ ਜਾਂਦਾ ਆਪਣੇ? ਠੀਕ ਆ ਬਾਈ। ਬਾਈ ਜਿਹੜੀ ਆਪਾਂ ਪਹਿਲੇ ਨੰਬਰ 'ਤੇ ਬੈਠ ਦੇਖ ਰਹੇ ਹਾਂ, ਕਿਹੜਾ ਸੂਆ ਸੂਈ ਆ? ਦੂਜੇ ਸੂਏ ਆ ਬਈ, ਸੂਇਆ ਜੇ ਸੂਤ ਪੈ ਗਈ, 4 ਘੰਟੇ ਹੋ ਸੂਈ। ਠੀਕ ਆ ਬਾਈ, 4 ਘੰਟੇ ਹੋ ਗਏ ਬਾਈ, ਕਹਿੰਦਾ ਸੂਈ ਨੂੰ ਜੇ ਰਾਹ ਪਈ ਆ, ਡਾਨਾ ਜੇਰ। ਹਾਂਜੀ, ਜੇ ਰੋਕਿਆ ਦੂਜੇ ਸੂਏ ਸਰ, ਦੁੱਧ ਜੇ ਦੁੱਧ 24। ਠੀਕ ਆ ਬਾਈ, ਦੁੱਧ 24-25 ਲੀਟਰ। ਬੱਚਾ ਕੀ ਦਿੱਤਾ ਬਾਈ? ਮਾਰ ਪਛਾ। ਠੀਕ ਆ, ਮਗਰ ਬੱਛਾ ਥਣ ਬਹੁਤ ਕਮਾਲ ਦਾ ਬਾਈ। ਸਹੀ ਗੱਲ ਆ ਬਾਈ, ਠੰਡੀ ਸੀਲ ਪੂਰੀ ਆ ਵੀਰੇ। ਠੀਕ ਆ ਬਾਈ, ਘੱਟ ਬੈਡ ਵੀ ਚੰਗਾ ਹੈਗਾ। ਬਾਕੀ ਦੁੱਧ ਤੂੰ ਕਹਿੰਦਾ 24-25 ਲੀਟਰ ਪਾ ਦੂੰਗੀ। ਖੋਲ ਲਓ ਬਾਈ, ਤੋਰ ਕੇ ਦਿਖਾ ਦਿਓ। ਬਾਕੀ ਕੱਦ ਕੁੱਦ ਬਹੁਤ ਆ ਬਾਈ, ਹੈ ਨਾ? ਸਹੀ ਗੱਲ ਆ ਬਾਈ। ਹੁਣ ਕਿੰਨਾ ਕੁ ਬੋਲਾ ਕੱਢਿਆ ਬਾਈ? ਠੀਕ ਆ ਬਾਈ, ਬਹੁਤ ਵੱਡਾ ਥਾਂ ਲੈਵੇ ਦੀ ਬਹੁਤ ਸਾਰਾ। ਸਹੀ ਗੱਲ ਆ ਬਾਈ, ਥਾਂ ਲੈਵੇ ਦੀ ਬਹੁਤ ਸਾਰਾ। ਸਹੀ ਗੱਲ ਆ। ਬਾਕੀ ਐਂ ਨਹੀਂ ਵੀ ਛੋਟੀ ਜੀ ਬੈਠਾ, ਕੱਦ ਕਾਠ ਬਹੁਤ ਆ। ਸਹੀ ਗੱਲ ਆ ਬਾਈ, ਮੋੜ ਲਓ ਬਾਈ, ਕੋਈ ਗੱਲ ਨਹੀਂ। ਸਹੀ ਗੱਲ ਆ ਬਾਈ, ਬਾਕੀ ਠੰਡੀ ਸੀਲ ਦੀ ਵੀ ਹੁੰਦੀ ਆ, ਠੰਡੀ ਸੀਲ ਵੀ ਤੂੰ ਕਹਿ ਪੂਰੀ ਆ। ਠੀਕ ਆ ਬਾਈ, 25 ਕਿਲੋ ਦੇ ਦੇਣਾ ਬੈਠ। ਸਹੀ ਗੱਲ ਆ ਬਾਈ। ਠੀਕ ਆ ਬਾਈ, ਅਤੇ ਕੀ ਮੁੱਲ ਰਹੂ ਬਾਈ ਜਾਇਜ਼ਾ? ਇਹਦਾ ਮੁੱਲ ਬਾਈ ਫੋਨ 'ਤੇ ਕਰਾਂਗੇ, ਕਿਉਂਕਿ ਵੇਚਣ ਵਾਲਾ ਲੈ ਜਾਂਦਾ ਨਾ ਬੰਦਾ ਮੁੜ ਕੇ ਤਾਂ। ਠੀਕ ਆ ਬਾਈ, ਸਹੀ ਗੱਲ ਆ ਬਾਈ, ਥਾਂ ਨੇੜੇ ਤੋਂ ਚੈੱਕ ਕਰ ਲਓ, ਬਹੁਤ ਚੰਗਾ ਕੜਵਾਂ ਥਾਂ ਆ। ਅੱਗੇ ਬਾਈ 2 ਨੰਬਰ। ਠੀਕ ਆ ਬਾਈ, ਕਿੰਨੇ ਕੁ ਦਿਨ ਬਾਕੀ ਆ? ਇਹਦੇ ਪਏ 10 ਦਿਨ ਬਾਕੀ, ਇਹਨੇ ਪਹਿਲੇ ਸੋਚਿਆ 20 ਕਿਲੋ ਦੁੱਧ ਕੱਢਣਾ। ਠੀਕ ਆ ਬਾਈ, ਦੂਜੇ ਸ਼ੂਏ ਸੁਣਾਉਣਾ ਬੈਠਾ। ਠੀਕ ਆ, ਬਾਕੀ ਐਂ ਬਣੂਗੀ ਬੈਠ ਹਜੇ ਬਹੁਤ, ਹੈ ਨਾ? ਬਣੂਗੀ ਬਹੁਤ। ਥਣ ਲੇਵਾ ਬਹੁਤ ਚੰਗਾ ਬਾਈ, ਹੈ ਨਾ? ਇਹਦਾ ਵੀ ਸਹੀ ਗੱਲ ਆ ਬਾਈ। ਬਾਕੀ ਥੋੜ੍ਹਾ ਜਿਹਾ ਥਾਂ ਦੀ ਤੰਗੀ ਕਰਕੇ ਉਹ ਹੈਗਾ। ਸਹੀ ਗੱਲ ਆ ਬਾਈ, ਹੈ ਨਾ? ਠੀਕ ਆ ਬਾਈ, ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ, ਹਜੇ ਹੋਰ ਬਹੁਤ ਬਣਾਉਣੀ ਹੈ ਨੇ ਦਿਨ, 10 ਦਿਨ ਬਾਈ ਕਹਿੰਦਾ ਬਾਕੀ ਪਏ ਆ ਇਹਦੇ। ਮੋੜ ਲਓ ਬਾਈ, ਕੋਈ ਗੱਲ ਨਹੀਂ। ਬਾਕੀ ਪ੍ਰਿੰਟ ਪ੍ਰੁੰਟ ਬਹੁਤ ਚੰਗਾ ਗਾ, ਫੇਸ ਕੁਆਲਿਟੀ, ਬਾਕੀ ਇਹ ਨਹੀਂ ਵੀ ਛੋਟੇ ਕੱਦ ਦੀ ਆ, ਢਾਂਚਾ ਵੀ ਬਹੁਤ ਚੰਗਾ ਢਾਂਚਾ ਗਾ, ਬੈਠਦਾ ਧੋਰਾ ਤਾਰਾ ਵੀ ਚੰਗਾ ਗਾ। ਇਹਦਾ ਵੀ ਬਾਈ ਮੁੱਲ ਫੋਨ 'ਤੇ ਹੋਊਗਾ? ਠੀਕ ਆ ਬਾਈ, ਬਾਈ ਕਹਿੰਦਾ ਮੁੱਲ ਇਹਦਾ ਵੀ ਫੋਨ 'ਤੇ ਕਰਾਂਗੇ ਅਤੇ ਫੋਨ ਮੁੱਲ ਇਹਦਾ ਵੀ ਜਾਇਜ਼ ਹੀ ਹੋਊਗਾ। ਅੱਗੇ ਬਾਈ 3 ਨੰਬਰ। ਠੀਕ ਆ ਬਾਈ, ਕਰਮਾ। ਠੀਕ ਆ ਬਾਈ, ਕਰਮਾ ਜੀ ਦੇ ਸਿੰਘ ਹੈਗੇ ਜ਼ਰੂਰ ਥੋੜ੍ਹੇ ਥੋੜ੍ਹੇ, ਪਰ ਕੁੰਨੀ ਬਹੁਤ ਆ, ਥਣ ਵੀ ਦੇਖ ਲਓ ਗੱਲਾਂ ਗੱਲਾਂ ਥਾਣਾ। ਸਹੀ ਗੱਲ ਆ ਬਾਈ, ਸੀਲ ਠੰਡੀ ਸਭ ਪੂਰੀ ਆ ਬਾਈ, ਕਹਿੰਦਾ ਸਿੰਘ ਜ਼ਰੂਰ ਆ, ਮਾੜੇ ਮਾੜੇ ਪਰ ਕਹਿੰਦੀ ਕਰਮ ਵਾਲੀ ਕੁਛ ਨਹੀਂ। ਸਹੀ ਗੱਲ ਆ ਬਾਈ, ਸਹੀ ਗੱਲ ਆ ਬਾਈ, ਚਮਕ ਬਹੁਤ ਆ ਬਾਈ, ਹੈ ਨਾ? ਬੈਠ ਜਾ। ਸਹੀ ਗੱਲ ਆ ਬਾਈ, ਚਮਕ ਚਮਕ ਤਾਂ ਬੋਡੀ ਵੇਟ ਤਾਂ ਫੁੱਲ ਹੀ ਆ ਬਾਈ। ਸਹੀ ਗੱਲ ਆ ਬਾਈ, ਇਹਨੇ ਕਿੰਨਾ ਕੁ ਦੁੱਧ ਪਾਇਆ ਬਾਈ ਪਿਛਲੇ? ਠੀਕ ਆ ਬਾਈ, ਐਤ ਕੀ ਕਿੰਨਾ ਕੁ ਪਾ ਦੂੰ? ਮੋੜ ਲਓ ਬਾਈ, ਕੋਈ ਗੱਲ ਨਹੀਂ। ਬਾਕੀ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ,
ਐਤਕੀ ਤਾਂ ਤੂੰ ਚੰਗਾ ਪਿਆ ਦੂ ਬਾਈ ਹੈ ਨਾ, ਠੀਕ ਸਹੀ ਗੱਲ ਆ ਬਾਈ, ਚਮਕ ਦਮਕ ਬਹੁਤ ਆ, ਬਾਕੀ ਐਂ ਨਹੀਂ ਛੋਟ ਹੀ ਆ, ਵੱਡੀ ਬਹੁਤ ਆ, ਸਹੀ ਗੱਲ ਆ ਬਾਈ। ਇਹਦਾ ਮੁੱਲ ਵੀ ਬਾਈ ਜਾਇਜ਼ ਕਰਾਂਗੇ, ਜਾਇਜ਼ ਹੀ ਕਰਨੇ ਆ ਬਾਈ ਯਾਰ, ਠੀਕ ਆ ਬਾਈ। ਬਾਈ ਕਹਿੰਦਾ ਫੋਨ ਇਹ ਮੁੱਲ ਇਹਦਾ ਵੀ ਫੋਨ 'ਤੇ ਹੋਊਗਾ ਪਰ ਮੁੱਲ ਜਾਇਜ਼ ਹੋਣਗੇ। ਅੱਗੇ ਬਾਈ ਚਾਰ ਨੰਬਰ ਇਹ ਬਾਈ ਸਾਹੀਵਾਲ, ਠੀਕ ਆ ਬਾਈ। ਕਿਹੜਾ ਸਵਾਲ ਹੁੰਦੀ ਆ ਬਾਈ? ਠੀਕ ਆ ਬਾਈ, ਇਹਦੇ ਪੈਰ ਦਸ ਦਿਨ ਹੁੰਦੇ, ਠੀਕ ਆ। ਬਾਕੀ ਕੂਨੀ ਤਾਂ ਨਹੀਂ ਬਹੁਤ ਆ ਬਾਈ, ਸਹੀ ਗੱਲ ਆ ਬਾਈ, ਹਾਂ ਕੂਨੀ ਬਹੁਤ ਆ, ਸਹੀ ਗੱਲ ਆ। ਬਾਕੀ ਬਾਕੀ ਫੈਟ ਫੂਟ ਵੀ ਇਹਨਾਂ ਦੀ ਚੰਗੀ ਹੁੰਦੀ ਆ, ਗਰਮੀ ਗਰਮੀ, ਸਹੀ ਗੱਲ ਆ ਬਾਈ। ਬਾਕੀ ਹਜੇ ਆਰਡਰ ਦੀ ਕੁਆਲਿਟੀ ਦਾ ਹਿਸਾਬ ਲਾ ਸਕਦੇ ਹੋ, ਦਸ ਦਿਨ ਪਏ ਆ, ਦਸ ਦਿਨ ਪਏ ਬਾਈ, ਸਹੀ ਗੱਲ ਆ ਬਾਈ, ਦਸ ਦਿਨ ਪਏ ਆ, ਦਸਾਂ ਦਿਨਾਂ ਨੂੰ ਇਹਨੇ ਹੋਰ ਵੀ ਬਣਾ ਲੈਣਾ, ਆਰਡਰ ਦੀ ਕੁਆਲਿਟੀ ਚੰਗੀ ਹੋਜੂ, ਠੰਡੀ ਸੀਲ ਬਹੁਤ ਆ ਬਾਈ, ਸਹੀ ਗੱਲ ਆ ਬਾਈ। ਬਾਈ ਕਹਿੰਦਾ ਠੰਡੀ ਸੀਲ ਪੂਰੀ ਆ, ਘੂਰ ਦੀ ਜਮ੍ਹਾਂ ਨਹੀਂ ਗੀ, ਸਹੀ ਗੱਲ ਆ ਬਾਈ। ਇਹਦਾ ਮੁੱਲ ਵੀ ਬਾਈ ਫੋਨ 'ਤੇ ਹੋਊ, ਠੀਕ ਆ ਬਾਈ, ਮੁੱਲ ਜਾਇਜ਼ ਹੀ ਹੋਊਗਾ ਨਾ ਇਹਦਾ ਵੀ, ਠੀਕ ਆ ਬਾਈ। ਅੱਗੇ ਬਾਈ ਪੰਜ ਨੰਬਰ 'ਤੇ ਠੀਕ ਆ ਬਾਈ, ਕਿੰਨਾ ਕੁ ਦੁੱਧ ਹੈ ਥੱਲੇ? ਦੁੱਧ 12 ਕਿਲੋ ਆ ਬਾਈ, ਠੀਕ ਆ। ਬਾਕੀ ਚਮਕ ਚਮਕ ਬਹੁਤ ਆ, ਸਹੀ ਗੱਲ ਆ ਬਾਈ। ਬਾਕੀ ਐਂ ਜਿੰਦ ਜਾਣ ਫੁੱਲ ਆ ਬਾਈ, ਪੂਰੀ ਬੈਡ ਚੰਗੀ ਸੀ, ਬਹੁਤ ਵੱਡੀ, ਬਹੁਤ ਸਹੀ ਗੱਲ ਆ, ਐਂ ਨਹੀਂ ਵੀ ਲਿਸੜ ਜੀ ਆ ਬੈਡ, ਬਣ ਗਈ ਤਾਂ ਬਸ 20-22 ਕਿਲੋ ਦੁੱਧ, ਠੀਕ ਆ ਬਾਈ। ਹੁਣ ਮਤਲਬ ਕਿ ਜਣੀ ਦਾ 12 ਕਿਲੋ ਤਿਆਰ ਆ, ਪਿੰਡ ਵਾਲਾ ਤਿਆਰ ਆ ਬਾਈ, ਟੀਕਾ ਭਰਾ ਤਾ ਇਹਦੇ, ਆਪਣਾ ਵੀਡੀਓ ਬਣਾ ਲਈ, ਠੀਕ ਆ ਬਾਈ। ਭਾਵੇਂ ਕੋਈ ਦੋਨੇ ਟਾਈਮ 'ਚ ਬਾਈ ਕਰ ਲਏ, ਚਾਰ ਦਿਨ ਚੋਲੇ ਬਾਈ ਆਪਾਂ ਨੂੰ ਕੋਈ ਆਪਾਂ, ਠੀਕ ਆ ਬਾਈ। ਬਾਈ ਕਹਿੰਦਾ ਭਾਵੇਂ ਕੋਈ ਚਾਰ ਟਾਈਮ 'ਚ ਬਾਈ ਕਰ ਲਏ ਪਰ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ, ਹਾਂ ਸੂਈ ਵੀ ਆ ਬਾਈ, ਠੀਕ ਆ ਬਾਈ, ਠੀਕ ਆ। ਇਹ ਥੱਲੇ 10 ਕਿਲੋ ਬੋਲਾ ਦਾ, ਠੀਕ ਆ ਬਾਈ, ਮੱਛੀ ਆ ਇਹਦੇ ਨਾਲ, ਆਹ ਬੱਸੀ ਤੇ ਬੱਸੀ ਬਹੁਤ ਚੰਗੀ ਆ ਯਾਰ, ਹੈ ਨਾ, ਠੀਕ ਆ। ਦੰਦਾਂ 'ਚੋਂ ਖੀਰੀ ਆ ਬਾਈ, 10 ਕਿਲੋ ਬੋਲਾ ਦਾ, ਠੀਕ ਆ। ਅੱਜ 2 ਦਿਨ ਹੋਏ ਸੀ, ਠੀਕ ਆ ਬਾਈ। ਅਤੇ ਕਿੰਨਾ ਕੁ ਬੋਲਾ ਕੱਢਿਆ ਬਾਈ? 10 ਕਿਲੋ ਬੋਲਾ ਬਾਈ, ਹੁਣ 2 ਦਿਨ 3 ਟਾਈਮ, ਠੀਕ ਆ ਬਾਈ। ਹੁਣ ਠੰਡੀ ਸੀਲ ਕਿਵੇਂ ਬਾਈ ਪੂਰੀ ਆ ਬਾਈ? ਲੈ, ਸਹੀ ਗੱਲ ਆ ਬਾਈ ਦੀ, ਬਾਈ ਤੁਰੀ ਜਾਂਦੀ ਹੱਥ ਲਾਉਂਦਾ ਤੁਰਿਆ ਜਾਂਦਾ, ਕਰਮਾਂ ਦੀ ਕੁਛ ਨਹੀਂ ਕਹਿੰਦੇ, ਇਹ ਤਾਂ ਹੈ, ਸਹੀ ਗੱਲ ਆ, ਪਹਿਲਣ ਕਰਕੇ ਖੀਰੀ ਆ ਬਾਈ, ਠੀਕ ਆ ਬਾਈ। ਬਾਕੀ ਬਾਈ ਕਹਿੰਦਾ ਦੰਦਾਂ 'ਚੋਂ ਹਜੇ ਖੀਰੀ ਆ, ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਹਜੇ ਖੀਰੀ ਆ, ਬੱਚਾ ਹੀ ਆ, ਕਿਦਾਂ ਦੰਦਾਂ 'ਚ ਆ ਜਿਹੜਾ ਮੂਹਰਲੇ ਅਗਲੇ ਸੂਏ ਨੂੰ ਇਹਨੇ ਹੋਰ ਚੰਗੀ ਬਣਨਾ ਅਤੇ ਦੁੱਧ ਚੰਗਾ ਦਊਗੀ, ਸਹੀ ਗੱਲ ਆ ਬਾਈ ਦੀ। ਬਾਈ ਕਹਿੰਦਾ ਦੁੱਧ 20 ਕਿਲੋ ਦੇ ਦੂ ਐਤਕੀ ਐਤਕੀ। ਬਾਕੀ ਆਪਾਂ ਬਾਈ ਦੀਆਂ ਤੁਹਾਨੂੰ 6 ਨਗ ਦਿਖਾ ਤੇ, 6 ਨਗਾਂ 'ਚੋਂ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾਂ ਖਰੀਦ ਸਕਦਾ। ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।